ਵੀਰੋ ਸਤਿ ਸ਼੍ਰੀ ਅਕਾਲ, ਮੈਂ ਸੰਦੀਪ ਸਿੰਘ, ਅੱਜ ਦੀ ਵੀਡੀਓ ਸਵਾਗਤ ਕਰਦਾ। ਅੱਜ ਆਪਾਂ ਪਹੁੰਚਿਆ ਧਨੌਲੇ। ਧਨੌਲੇ ਨਾ ਵੀਰਾਂ ਨੇ ਐਪਲ ਮੋਬਾਈਲ ਹੱਬ ਵਾਲਿਆਂ ਨੇ ਲੱਕੀ ਡਰਾ ਰੱਖਿਆ, ਅਤੇ ਵੀਰੇ ਮੇਨ ਗੱਲ ਇਹ ਤੁਸੀਂ ਰੱਖਿਆ ਕਾਹਦੇ ਲਈ ਆ ਯਾਰ? ਬਾਈ ਮੇਨ ਆਪਾਂ ਰੱਖਿਆ ਇਹ, ਆਪਾਂ ਮਤਲਬ ਇੱਕ ਨਵੀਂ ਸ਼ੋਪ ਕਰੀ ਸੀ ਮੋਬਾਈਲਾਂ ਦੀ, ਠੀਕ ਆ, ਜਿਹਦੇ ਵਿੱਚ ਆਪਾਂ ਇਕੱਲੇ ਆਈਫੋਨ ਰੱਖਿਆ ਗੇ। ਹਾਂਜੀ, ਆਪਾਂ ਇਕੱਲੇ ਆਈਫੋਨ 'ਚ ਹੀ ਡੀਲ ਕਰ ਦਿਆਂਗੇ, ਆਈਫੋਨ ਹੀ ਖਰੀਦਦੇ, ਆਈਫੋਨ ਹੀ ਵੇਚਦੇ। ਨਵਾਂ ਕੰਮ ਕਰਿਆ 6 ਮਹੀਨੇ ਹੋਏ ਸ਼ੋਪ ਨੂੰ, ਅਤੇ ਅੱਜ ਦਾ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਬਾਈ ਸ਼ੋਪ ਚਲਾਉਣੀ ਬਹੁਤ ਔਖੀ ਹੈ ਜੀ, ਠੀਕ ਹੈ। ਇਸ ਕਰਕੇ ਅਸੀਂ ਇੱਕ ਲੱਕੀ ਡਰਾ ਸਟਾਰਟ ਕੀਤਾ ਵੀ ਜਿਹਦੇ 'ਚ ਦੁਕਾਨ ਦੀ ਪ੍ਰਮੋਸ਼ਨ ਵੀ ਹੋਜੂ, ਨਹੀਂ ਤੁਹਾਨੂੰ ਵੀ ਪਤਾ ਯਾਰ ਵੀ ਪ੍ਰਮੋਸ਼ਨ ਵਿੱਚ ਲੋਕ ਕਿੰਨਾ ਕਿੰਨਾ ਪੈਸਾ ਖਰਾਬ ਕਰ ਦਿੰਦੇ। ਆਪਾਂ ਨੂੰ ਐਂ ਵੀ ਚੱਲ ਇੱਕ ਦੁਕਾਨ ਦੀ ਪ੍ਰਮੋਸ਼ਨ ਵੀ ਹੋ ਜੂ, ਨਾਲੇ ਕਿਸੇ ਗਰੀਬ ਦਾ ਫਾਇਦਾ ਹੋ ਜੂਗਾ ਵੀ ਜਿਹੜਾ ਟਰੈਕਟਰ ਲੈਣ ਦਾ ਚਾਹ ਬਣਾ ਨਹੀਂ ਲੈ ਸਕਦਾ ਵੀ ਚੱਲ ਉਹਨੂੰ ਟਰੈਕਟਰ ਨਿਕਲਿਆ। ਹਾਂਜੀ, ਅਤੇ ਕਿੰਨੇ ਨਾਮ ਰੱਖੇ ਵੀਰੇ? 10 ਬਾਈ 10 ਨਾਮ। ਪਹਿਲਾ ਨਾਮ ਕੀ ਆ ਬਾਈ? 4 ਟਰੈਕਟਰ ਬਾਈ, ਠੀਕ ਆ। ਹਾਂਜੀ ਬਾਈ, ਦੂਜਾ ਨਾਮ ਵੀ 4 ਟਰੈਕਟਰ ਹੈ, ਦੂਜਾ ਨਾਮ ਵੀ, ਤੀਜਾ 13 ਪ੍ਰੋ ਮੈਕਸ ਹੈ, ਠੀਕ ਆ, ਠੀਕ ਆ। ਚੌਥਾ ਆ ਗਿਆ ਬਾਈ 13 ਪ੍ਰੋ, ਠੀਕ, ਪੰਜਵਾਂ 12 ਪ੍ਰੋ, ਠੀਕ ਹੈ, ਠੀਕ ਆ, ਛੇਵਾਂ 12, ਠੀਕ, ਸੱਤਵਾਂ 11 ਪ੍ਰੋ ਮੈਕਸ, ਠੀਕ, ਅੱਠਵਾਂ 11, ਨੌਵਾਂ ਐਕਸ ਆਰ, ਦਸਵਾਂ ਐਕਸਐਸ। ਬਾਕੀ ਵੀਰੇ ਜਿਵੇਂ ਗੂਗਲ ਪੇ, ਫੋਨ ਪੇ, ਉਹ ਸਾਡਾ ਨੰਬਰ ਹੈ 7347422163, ਠੀਕ ਹੈ। ਇਹਦੇ ਫੋਨ ਪੇ, ਗੂਗਲ ਪੇ, ਪੇਟੀਐਮ ਕੁਛ ਵੀ ਕਰਕੇ, ਹਾਂਜੀ, ਉਹਦਾ ਸਕਰੀਨਸ਼ਾਟ ਲੈ ਕੇ ਉਸੇ ਨੰਬਰ ਤੇ ਵਟਸਐਪ ਤੇ ਪਾ ਦਿਓ, ਇਸ ਨੰਬਰ ਠੀਕ ਹੈ, ਵਟਸਐਪ ਤੇ ਪਾ ਕੇ ਟੋਕਨ, ਠੀਕ ਹੈ, ਸਾਨੂੰ ਸਕਰੀਨਸ਼ਾਟ ਭੇਜ ਦਿਓ, ਤੁਹਾਨੂੰ ਟੋਕਨ ਅਲਾਟ ਹੋ ਜੂ 2 ਦਿਨਾਂ ਬਾਅਦ, ਠੀਕ ਹੈ, ਠੀਕ ਹੈ। ਅਤੇ ਬਾਈ ਕਈ ਯਾਰ ਹੁਣ ਦੇਖਿਆ ਹੈ ਨਾ, ਪਹਿਲਾਂ ਵੀ ਦੇਖਿਆ ਅਤੇ ਮੈਸੇਜਾਂ 'ਤੇ ਕਰੀ ਜਾਂਦੇ ਆ ਵੀ ਮੰਨ ਲਾ ਵੀ ਇਹਦਾ ਯਾਰ ਕਿਵੇਂ ਹੁਣ ਯਕੀਨ ਅਸੀਂ ਕਿਵੇਂ ਕਰੀਏ ਇਹ ਚੀਜ਼ ਦਾ, ਬਈ ਕੱਢਣਾ ਕਿੱਥੇ ਆ ਡਰਾ? ਆਪਾਂ ਗੁਰਦੁਆਰਾ ਸਾਹਿਬ ਕੱਢਾਂਗੇ, ਗੁਰਦੁਆਰਾ ਰਾਮ ਸਰ, ਇੱਥੇ ਧਨੌਲੇ ਸ਼ੋਪ 'ਤੇ ਆ ਜਾਓ। ਮੈਂ ਕਹਿੰਦਾ ਜ਼ਿਆਦਾ ਟੋਕਨ ਇੱਥੇ ਪਾ ਕੇ ਜਾਓ, ਯਕੀਨ ਤੁਹਾਨੂੰ ਬੰਦੇ ਦਾ ਮੂੰਹ ਤੋਂ ਫੇਸ ਤੋਂ ਪਤਾ ਲੱਗ ਜੂ ਵੀ ਕਿੱਦਾਂ ਕੀ ਗੱਲਬਾਤ ਹੈ, ਠੀਕ ਆ। ਜਦੋਂ ਆਪਾਂ ਡਰਾ ਕਰਨਾ ਗੁਰਦੁਆਰਾ ਰਾਮ ਸਰ ਕੱਢਣਾ ਹੈਗਾ, ਠੀਕ, ਉਹਦੇ ਦਰਬਾਰ ਸਾਹਿਬ 'ਚ ਕੱਢਾਂਗੇ, ਉੱਥੋਂ ਗੁਰੂ ਗ੍ਰੰਥੀ ਸਿੰਘ ਹੀ ਪਰਚ ਚੱਕੂਗਾ, ਠੀਕ ਹੈ। ਹਾਂਜੀ ਬਾਈ, ਤੁਸੀਂ ਆਪਦੇ ਵੀ ਪਾਇਆ ਬਾਈ? ਨਹੀਂ, ਆਪਦੇ ਨਹੀਂ ਪਾਈ ਅਸੀਂ, ਪਾਈ ਅਸੀਂ ਕੱਢੀ ਕਿਉਂ ਜਵਾਬ ਦੇ ਪਾਉਣੇ, ਆਪਦੇ ਨਹੀਂ ਪਾਇਆ ਸੀ, ਠੀਕ ਹੈ। ਜਾਣੀ ਜਮਾ ਨਰੋਲ ਹੈ ਬਾਈ, ਅਸੀਂ ਆਪਦੇ ਕੋਲੇ ਵੀ ਨਹੀਂ ਜਾਂਦੇ ਨਾ, ਠੀਕ ਹੈ। ਹਾਂਜੀ, ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਤਾਂ ਕੋਈ ਗੱਲ ਨਹੀਂ, ਆਪਾਂ ਸਾਰੇ ਮੰਨਦੇ ਕਿ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਸਾਰੇ, ਠੀਕ ਆ। ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਈ ਗੱਲ ਨਹੀਂ, ਯਕੀਨ ਬਣਾ ਕੇ ਰੱਖਣਾ ਯਕੀਨ ਜ਼ਰੂਰੀ ਹੈ, ਹਾਂ, ਵਿਸ਼ਵਾਸ ਕਰਨਾ ਹਾਂਜੀ ਜ਼ਰੂਰੀ ਹੈ। ਇਹ ਟਰੈਕਟਰ ਨੇ ਵੀਰੇ ਜਿਹੜੇ ਫਿਰ ਮੰਨ ਲਾ ਵੀ ਓਕੇ ਆ, ਇੰਜਨ ਵਗੈਰਾ, ਇੰਜਨ ਗੇਅਰ ਓਕੇ, ਉਹ ਮੋਡੀਫਾਈ ਨੇ, ਜਮਾ ਓਕੇ, ਟਰੈਕਟਰ ਕੋਈ ਦਿੱਕਤ ਨਹੀਂ ਹੈਗੀ, ਟਾਇਰ ਨਵੇਂ ਨੇ ਸਾਰੇ, ਟਾਇਰ ਬੈਂਟਰੀ ਡੈਕ ਸਾਰਾ ਕੁਝ ਓਕੇ ਵੀਰੇ, ਠੀਕ ਹੈ। ਜਿਵੇਂ ਆ ਦੂਜੀਆਂ ਸਾਤਰੀਆਂ ਸੁਤਰੀਆਂ ਲੱਗੀਆਂ, ਹਾਂਜੀ ਹਾਂਜੀ, ਸਾਰਾ ਆਫ ਸਾਈਡ ਮੋਡੀਫਾਈਡ ਟਰੈਕਟਰ ਨੇ ਵੀਰੇ। ਮਾਡਲ ਮੋਡਲ ਕਿੰਨੇ ਕੁ ਤੇਰੀ? 90 ਮਾਡਲ ਟਰੈਕਟਰ ਹੈ ਵੀਰੇ, ਠੀਕ ਹੈ ਵੀਰੇ, ਠੀਕ ਹੈ। ਹਾਂਜੀ, ਮੰਨ ਲਓ ਜਿਵੇਂ ਕਿਸੇ ਨੇ ਵੱਧ ਟੋਕਨ ਪਾਉਣੇ ਆ, 4 ਪਾਉਣੇ ਆ, 3 ਪਾਉਣੇ ਆ ਵੀਰੇ, 4 ਨਾਲ 1 ਫ੍ਰੀ ਹੈ, ਠੀਕ ਹੈ। 4 ਟੋਕਨ ਲੈਣਾ ਤਾਂ 5 ਵਜੇ 2000 ਰੁਪਏ ਇਕੱਠਾ ਕਰਦਾ ਹੈਗਾ, ਤਾਂ ਉਹਨੂੰ 2500 ਰੁਪਏ ਟੋਕਨ ਮਿਲਣਗੇ, ਠੀਕ ਹੈ। ਬਾਕੀ ਜਿਹੜੀ ਅਸੀਂ ਇਨਫੋਰਮੇਸ਼ਨ ਦਿੰਦੇ ਰਹਿੰਦੇ, ਸਾਡਾ ਇੰਸਟਾ ਤੇ ਪੇਜ ਐਪਲ ਮੋਬਾਈਲ ਹੱਬ, ਠੀਕ ਹੈ, ਇਹਨੂੰ ਫੋਲੋ ਕਰ ਲਿਓ, ਤੇ ਅਸੀਂ ਕੱਲੀ ਕੱਲੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਵੀਰੇ, ਉਹਦੇ ਲਾਈਵ ਵੀ, ਉਹਦੇ ਲਾਈਵ ਵੀ ਇਸੇ ਤੇ ਚੱਲੂ ਵੀਰੇ, ਠੀਕ ਹੈ ਵੀਰੇ, ਠੀਕ ਹੈ। ਤੇ ਉਹ ਵੱਧ ਤੋਂ ਵੱਧ ਕਿੰਨੇ ਫਸ ਸਕਦਾ ਹੁੰਦਾ ਇੱਕ ਬੰਦਾ? ਜੇ ਕੋਈ 100 ਪਾ ਦੇ, ਕੋਈ ਦਿੱਕਤ ਨਹੀਂ, ਉਹ ਲਿਮਿਟਡ ਹੈ, ਕੋਈ ਜਾਂ ਅਨਲਿਮਿਟਡ ਹੈ, ਉਹ ਕਿੰਨੇ ਇੱਕ ਬੰਦਾ ਕਿੰਨੇ ਮਰਜ਼ੀ ਲੈ ਸਕਦਾ, ਕਿੰਨੇ ਮਰਜ਼ੀ ਪਾ। ਹਾਂ, ਜਿਵੇਂ ਇੱਕ ਬੰਦਾ ਨਾਭੇ ਸਾਡੋ ਆਇਆ ਸੀਗਾ, ਉਹ 25 ਟੋਕਨ ਲੈ ਕੇ ਗਿਆ ਇਕੱਲੇ ਆਪਦੇ ਨਾਮ ਤੇ, ਆਪਦੇ ਨਾਮ ਤੇ ਲੈ ਕੇ, ਆਪਦੇ ਫੈਮਿਲੀ ਦੇ ਨਾਮ ਤੇ, ਉਹਦਾ ਕੋਈ ਵੀ ਇਸ਼ੂ ਨਹੀਂ ਹੈਗਾ, ਮਤਲਬ ਐਵੇਂ ਇੱਕ ਬੰਦਾ ਲੈ ਜਾਣਾ ਚਾਹੀਦਾ ਹੈਗਾ, ਠੀਕ ਹੈ, ਠੀਕ ਹੈ, ਠੀਕ ਹੈ। ਤੇ ਵੀਰੇ ਫਿਰ ਆਪਣੀ ਇਹ ਜਿਹੜੀ ਦੁਕਾਨ ਦੀ ਲੋਕੇਸ਼ਨ ਆ, ਆਪਣੀ ਬਾਈ ਦੁਕਾਨ ਬੱਸ ਸਟੈਂਡ ਧਨੌਲਾ ਦੇ ਜਮਾਂ ਸਾਹਮਣੇ ਹੈਗੀ, ਜੇ ਕਿਸੇ ਨੇ ਬਾਏ ਬੱਸ ਆਉਣਾ ਜਾਂ ਬੱਸ ਸਟੈਂਡ ਧਨੌਲਾ ਦੀ ਲੋਕੇਸ਼ਨ ਪੁੱਛ ਲਓ, ਉਸ ਜਮਾਂ ਸਾਹਮਣੇ ਆਪਣੀ ਦੁਕਾਨੀ ਹੈ ਐਪਲ ਮੋਬਾਈਲ ਹੱਬ, ਠੀਕ ਹੈ। ਹਾਂਜੀ, ਤੁਹਾਡਾ ਪਿੰਡ ਕਿਹੜਾ? ਪਿੰਡ ਮੇਰਾ ਪੰਧੇਰ ਹੈ, ਠੀਕ ਹੈ। ਹਾਂਜੀ ਬਾਈ, ਬਾਕੀ ਜੇ ਕਿਸੇ ਨੇ ਫੋਨ ਵੀ ਲੈਣਾ ਹੈਗਾ, ਆਪਣਾ ਰੇਟ ਤੇ ਕੁਆਲਿਟੀ ਚ ਜਮਾਂ ਬੈਸਟ ਹੋਊ, ਕੋਈ ਦਿੱਕਤ ਵਾਲੀ ਗੱਲ ਨਹੀਂ। ਐਪਲ ਦੀ ਕੋਈ ਵੀ ਅਸੈਸਰੀ ਲੈਣੀ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ, ਜਮਾਂ ਰੇਟ ਪਤਾ ਕਰਕੇ ਆ ਜਾਓ, ਮੈਥੋਂ ਇਦੋਂ ਸਸਤਾ ਲੈ ਜਾਓ। ਹਾਂ, ਇੱਕ ਵਾਰੀ ਵੀ ਰਾਈ ਦੁਕਾਨ ਤੇ ਜ਼ਰੂਰ ਆ ਕੇ ਦੇਖੋ ਤੁਸੀਂ ਐਪਲ ਦਾ ਕਿਸੇ ਵੀ ਅਸੈਸਰੀ ਜਾਂ ਕੋਈ ਵੀ ਫੋਨ ਲੈਣਾ ਤਾਂ ਤੁਸੀਂ ਪਤਾ ਬਾਈਆਂ ਤੋਂ ਜ਼ਰੂਰ ਕਰੋ, ਫੋਨ ਲਾ ਲਓ, ਦੁਕਾਨ ਤੇ ਆਓ, ਜ਼ਰੂਰ ਆਓ, ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਦਾ ਫਾਇਦਾ ਹੋ ਸਕੇ। ਧੰਨਵਾਦ, ਧੰਨਵਾਦ।